ਔਰ ਤੁਸੀਂ ਜੋ ਸਮਾਨ ਪੰਸਾਰੀ ਦੀ ਸ਼ੋਪ ਤੇ ਮਿਲ ਜਾਂਦਾ ਹੈ ਸਾਰਾ ਸਮਾਨ ਓਕੇ ਹਾਂਜੀ ਇਹ ਤੁਸੀਂ ਲਿਆ ਕੇ ਇਹਦਾ ਪਾਊਡਰ ਬਣਾ ਕੇ ਸਵੇਰੇ ਸ਼ਾਮ ਲੈਣਾ ਸਟਾਰਟ ਕਰ ਸਕਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਸਾਡੇ ਦਰਸ਼ਕਾਂ ਨੋਟ ਕਰਾ ਦਿਓ ਫਿਰ ਵੀਡੀਓ ਦੇਖਦੇ ਦੇਖਦੇ ਲਿਖ ਲੈਣਾ ਹਾਂਜੀ ਨੋਟ ਕਰ ਲਓ ਤੁਸੀਂ ਤ੍ਰਿਕੁਟ ਚੂਰਨ ਤੁਸੀਂ 50 ਗ੍ਰਾਮ ਲੈਣਾ ਓਕੇ ਹਾਂਜੀ ਬਦੰਤੀ ਭਸਮ ਲੈਣੀ ਹੈ ਤੁਸੀਂ 10 ਗ੍ਰਾਮ ਓਕੇ ਮੋਤੀ ਪਿਸਟੀ ਲੈਣੀ ਹੈ ਤੁਸੀਂ 2 ਗ੍ਰਾਮ ਓਕੇ ਪਰਿਵਾਰ ਪਿਸਟੀ ਤੁਸੀਂ 10 ਗ੍ਰਾਮ ਲੈਣੀ ਹੈ ਓਕੇ ਧਨੀਆ ਤੁਸੀਂ 300 ਗ੍ਰਾਮ ਲੈਣਾ ਓਕੇ ਔਰ ਮੇਥੀ ਦਾਣਾ ਤੁਸੀਂ 100 ਗ੍ਰਾਮ ਲੈਣਾ ਓਕੇ ਸੁੱਕਾ ਆਂਵਲਾ ਲੈਣਾ ਤੁਸੀਂ 100 ਗ੍ਰਾਮ ਓਕੇ ਗੂੰਦ ਮੋਰਿੰਗਾ ਹੁੰਦਾ ਹੈ ਜੀ ਸਫੇਦ ਹੁੰਦਾ ਹੈ ਠੀਕ ਹੈ ਇਹ ਤੁਸੀਂ 100 ਗ੍ਰਾਮ ਲੈਣਾ ਔਰ ਕਾਲੀ ਮਿਰਚ ਲੈਣੀ ਹੈ ਤੁਸੀਂ 20 ਗ੍ਰਾਮ ਠੀਕ ਹੈ ਜੀ ਇਹਨਾਂ ਦਾ ਤੁਸੀਂ ਪੰਸਾਰੀ ਦੀ ਸ਼ੋਪ ਤੇ ਮੈਡੀਸਨ ਲਿਆ ਕੇ ਇਹਨਾਂ ਦਾ ਇਹ ਸਾਰੀਆਂ ਚੀਜ਼ਾਂ ਪੰਸਾਰੀ ਦੁਕਾਨ ਤੋਂ ਮਿਲ ਜਾਂਦੀਆਂ ਹਾਂਜੀ ਹਾਂਜੀ ਇਹਨਾਂ ਨੂੰ ਤੁਸੀਂ ਘਰ ਲਿਆ ਕੇ ਪੀਸ ਕੇ ਇਹਦਾ ਪਾਊਡਰ ਬਣਾ ਸਕਦੇ ਹੋ ਓਕੇ ਤੇ ਇਹ ਥਾਇਰਾਇਡ ਦਾ ਨੁਸਖਾ ਦੱਸਿਆ ਓਕੇ ਇਹ ਤਾਂ ਦਰਸ਼ਕ ਆਪਣੇ ਘਰ ਬੈਠ ਕੇ ਵੀ ਬਣਾ ਸਕਦੇ ਨੇ ਪੰਸਾਰੀ ਦੀ ਦੁਕਾਨ ਤੋਂ ਜਿਹੜੀਆਂ ਚੀਜ਼ਾਂ ਨੋਰਮਲ ਮਿਲ ਜਾਣਗੀਆਂ ਦਰਸ਼ਕੋ ਤੁਸੀਂ ਇਹ ਮੈਡਮ ਨੇ ਦੱਸਿਆ ਕਿ ਜਿਹੜਾ ਥਾਇਰਾਇਡ ਦਾ ਨੁਕਤਾ ਤੁਹਾਨੂੰ ਨੋਟ ਕਰਵਾਇਆ ਮੈਡਮ ਨੇ ਜਿਹੜੀਆਂ ਚੀਜ਼ਾਂ ਮੈਡਮ ਨੇ ਦੱਸਿਆ ਉਹ ਪੰਸਾਰੀ ਦੀ ਦੁਕਾਨ ਤੋਂ ਬੜੀ ਆਸਾਨੀ ਦੇ ਨਾਲ ਮਿਲ ਜਾਣਗੀਆਂ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਕੇ ਘਰ ਲਿਆ ਕੇ ਤੁਸੀਂ ਉਹ ਨੁਕਤਾ ਜਿਹੜਾ ਜਿੱਦਾਂ ਇਹ ਕਹਿੰਦੇ ਨੇ ਤਿਆਰ ਕਰ ਸਕਦੇ ਹੋ ਥਾਇਰਾਇਡ ਦੀ ਬਿਮਾਰੀ ਤੋਂ ਮੁਕਤ ਹੋ ਜਾਓਗੇ ਮੈਡਮ ਲੈਣਾ ਕਿਸ ਤਰ੍ਹਾਂ ਬਣਾਉਣਾ ਕਿਸ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਹਾਂਜੀ ਇਹਨਾਂ ਦਾ ਤੁਸੀਂ ਪਾਊਡਰ ਬਣਾਉਣਾ ਜੋ ਵੀ ਸਮਾਨ ਦੱਸਿਆ ਅਸੀਂ ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਪੀਸਣੀਆਂ ਹਾਂਜੀ ਮਿਕਸ ਕਰਨੀ ਸਾਰੀਆਂ ਇੱਕੋ ਹੀ ਹਾਂਜੀ ਮਿਕਸ ਕਰਨੀ ਹੈ ਜੋ ਵੀ ਭਸਮ ਹੈ ਇਹ ਸਾਰੀਆਂ ਪਾ ਕੇ ਔਰ ਸਵੇਰੇ ਸ਼ਾਮ ਤੁਸੀਂ ਚਮਚ ਦਾ ਅੱਧਾ ਹਿੱਸਾ ਅੱਧਾ ਚਮਚ ਲੈਣਾ ਸਟਾਰਟ ਕਰਨਾ ਹੈ ਓਕੇ ਖਾਲੀ ਪੇਟ ਲੈਣਾ ਰੋਟੀ ਖਾਣ ਤੋਂ ਪਹਿਲਾਂ ਠੀਕ ਹੈ ਹਾਂਜੀ ਇਹ ਮਤਲਬ ਇਹ ਦੋ ਟਾਈਮ ਲੈਣਾ ਤੁਸੀਂ ਗੁਣਗੁਣੇ ਪਾਣੀ ਨਾਲ ਹਾਂਜੀ ਹਲਕਾ ਨਾਰਮਲ ਪਾਣੀ ਹੈ ਓਕੇ ਹਾਂਜੀ ਉਸ ਨਾਲ ਲੈ ਸਕਦੇ ਸੋ ਦਰਸ਼ਕੋ ਮੈਡਮ ਨੇ ਥਾਇਰਾਇਡ ਦਾ ਜੋ ਨੁਕਤਾ ਦੱਸਿਆ ਵਾ ਤੁਸੀਂ ਇਹ ਨੋਟ ਕੀਤਾ ਵਾ ਉਹਨੂੰ ਲੈਣਾ ਕਿਸ ਤਰ੍ਹਾਂ ਇਹ ਵੀ ਦੱਸਿਆ ਬਣਾਉਣਾ ਕਿਸ ਤਰ੍ਹਾਂ ਇਹ ਵੀ ਸੋ ਦੋਸਤੋ ਮੈਡਮ ਨੇ ਜੋ ਨੁਕਤਾ ਦੱਸਿਆ ਸੀਗਾ ਕਿ ਜਿਹੜਾ ਤੁਸੀਂ ਘਰ ਬੈਠ ਕੇ ਬਣਾ ਸਕਦੇ ਹੋ ਇਹਦੇ ਨਾਲ ਇਕੱਲਾ ਥਾਇਰਾਇਡ ਹੀ ਨਹੀਂ ਜਿੱਦਾਂ ਮੋਟਾਪਾ ਵੀ ਲੇਡੀਜ਼ ਨੂੰ ਆਉਂਦਾ ਗਾ ਉਹ ਵੀ ਕੰਮ ਹੋ ਜਾਂਦਾ ਹਨਾ ਮੈਮ ਮੈਂ ਸਹੀ ਕਿਹਾ ਹਾਂ ਇਹਦੇ ਨਾਲ ਜਿਹੜਾ ਮੋਟਾਪਾ ਗਾ ਉਹ ਵੀ ਸਹੀ ਹੋ ਜਾਂਦਾ ਹੋਰ ਮੇਰੇ ਨਾ ਦੱਸੀ ਹੋਵੇ ਤਾਂ ਤੁਸੀਂ ਵੀ ਦਰਸ਼ਕਾਂ ਨੂੰ ਗੱਲ ਦੱਸ ਸਕਦੇ ਇਹਦੇ ਨਾਲ ਮੋਟਾਪਾ ਜੇ ਥਾਇਰਾਇਡ ਕਾਰਨ ਮੋਟਾਪਾ ਆਉਂਦਾ ਉਹ ਵੀ ਠੀਕ ਜਲਦੀ ਠੀਕ ਹੋ ਜਾਂਦਾ ਤੇ ਥਾਇਰਾਇਡ ਵੀ ਹੌਲੀ ਹੌਲੀ ਜੜ ਤੋਂ ਖਤਮ ਹੋ ਜਾਂਦਾ ਤੇ ਹੋਰ ਵੀ ਬਿਮਾਰੀਆਂ ਠੀਕ ਹੋ ਜਾਂਦੀ ਹੈ ਮੈਡੀਸਨ ਲੈਣ ਨਾਲ ਮੈਮ ਅੱਛਾ ਜੇ ਇਹ ਦਵਾਈ ਕਈ ਵਾਰੀ ਦਰਸ਼ਕ ਹੁੰਦੇ ਆ ਵੀ ਨਾ ਬਣਾਉਣ ਘਰੇ ਹਨਾ ਕਈ ਚਲੋ ਬਣਾ ਵੀ ਲੈਂਦੇ ਆ ਜੋ ਕਹਿਣ ਵੀ ਅਸੀਂ ਚਲੋ ਤੁਹਾਡੇ ਤੋਂ ਹੀ ਲੈ ਲੈਂਦੇ ਆ ਤਾਂ ਇਹ ਦਵਾਈ ਤੁਹਾਡੇ ਤੋਂ ਵੀ ਮਿਲਦੀ ਹੈ ਹਾਂਜੀ ਮਿਲ ਜਾਂਦੀ ਹੈ ਓਕੇ ਕੋਰੀਅਰ ਰਾਹੀਂ ਵੀ ਮੰਗਵਾ ਸਕਦੇ ਆ ਓਕੇ ਹਾਂਜੀ ਜਿਹੜੇ ਦੂਰੋਂ ਪੇਸ਼ੈਂਟ ਆ ਠੀਕ ਹੈ ਹਾਂਜੀ ਇਹ ਕੋਰੀਅਰ ਤੁਸੀਂ ਹਾਂਜੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕਰ ਹਾਂਜੀ ਹਾਂਜੀ ਆਨਲਾਈਨ ਭੇਜ ਦਿੰਦੇ ਮੈਡੀਸਨ ਫੋਨ ਨੰਬਰ ਆਪਣਾ ਇੱਕ ਵਾਰ ਨੋਟ ਕਰਵਾ ਦਿਓ ਹਾਂਜੀ 8727897391393 और दूसरा नंबर है 7814148 और 39028 ਸੁਦਰਸ਼ਕ ਮੈਮ ਨੇ ਆਪਣਾ ਫੋਨ ਨੰਬਰ ਵੀ ਦੱਸ ਦਿੱਤਾ ਅਤੇ ਥਾਇਰਾਇਡ ਦਾ ਨੁਕਤਾ ਵੀ ਦੱਸ ਤਰ੍ਹਾਂ ਕਿਸ ਤਰ੍ਹਾਂ ਲੈਣਾ ਕਿਸ ਤਰ੍ਹਾਂ ਬਣਾਉਣਾ ਤੁਸੀਂ ਇਹ ਨੁਕਤਾ ਆਪਣੇ ਘਰ ਬਣਾ ਕੇ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ਨਾਲ ਲੈ ਸਕਦੇ ਹੋ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਸਕਦਾ ਮੋਟਾਪਾ ਵੀ ਇਹਦੇ ਨਾਲ ਕੰਮ ਹੋ ਸਕਦਾ ਸੋ ਮੈਨੂੰ ਦਿਓ ਅਜਾਜ਼ਤ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ